ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ। ਕਿਹਾ ਹਰਿਆਣਾ ਦੀਆਂ ਸਾਰੀਆਂ ਫਸਲਾਂ ਘੱਟੋ ਘੱਟ ਸਹਾਇਕ ਮੁੱਲ ਤੇ ਖਰੀਦੇਗੀ ਸਰਕਾਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਕਰਨਾਲ ਵਿੱਚ ਕੀਤੀ ਜਨਸਭਾ। ਵਿਰੋਧੀਆਂ ਤੇ ਸਾਧੇ ਨਿਸ਼ਾਨੇ। ਪੈਰਿਸ ਓਲੰਪਿਕ 2024 ਦੇ ਕੁਆਟਰ ਫਾਈਨਲ ਵਿੱਚ ਭਾਰਤੀ ਹਾਕੀ ਟੀਮ ਨੇ ਬ੍ਰਿਟੇਨ ਨੂੰ ਹਰਾਇਆ। ਸ਼ੂਟ ਆਊਟ ਵਿੱਚ ਹੋਇਆ ਫੈਸਲਾ। ਤੈਅ ਸਮੇਂ ਵਿੱਚ ਇੱਕ ਇੱਕ ਗੋਲ ਨਾਲ ਡਰਾ ਰਿਹਾ ਸੀ ਮੈਚ। ਤੇ ਹੁਣ ਖਬਰਾਂ ਵਿਸਤਾਰ ਨਾਲ। ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਵਿੱਚ ਕਿਸਾਨਾਂ ਲਈ ਵੱਡੇ ਐਲਾਨ ਕੀਤੇ ਨੇ। ਸੀਐਮ ਨੇ ਕਿਸਾਨਾਂ ਦਾ 133.55 ਕਰੋੜ ਰੁਪਏ ਦਾ ਕਰਜ਼ ਮਾਫ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪੁਰਾਣੇ ਬੰਦ ਹੋ ਚੁੱਕੇ ਟਿਊਬਵੈੱਲਾਂ ਨੂੰ ਦੂਜੀ ਜਗ੍ਹਾ ਲਗਾਉਣ ਤੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਹੁਣ ਸਰਕਾਰ ਸੂਬੇ ਵਿੱਚ ਸਾਰੀਆਂ ਫਸਲਾਂ ਨੂੰ MSP ਉੱਤੇ ਖਰੀਦੇਗੀ। ਉਹਨਾਂ ਕਿਹਾ ਕਿ ਕਾਂਗਰਸ ਨਵੀਆਂ ਤਕਨੀਕਾਂ ਨਾਲ ਝੂਠ ਫੈਲਾ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ। ਲੋਕਾਂ ਨੂੰ ਬਚ ਕੇ ਰਹਿਣਾ ਚਾਹੀਦਾ। ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਸਾਡੇ ਲਈ ਖਾਸ ਦਿਨ ਹੈ। ਅਸੀਂ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਅੱਜ ਦੀ ਰੈਲੀ ਤੋਂ ਬਾਅਦ 90 ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ। ਮੁਝੇ ਇਹ ਵੀ ਬਤਾਤੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਪਿਛਲੇ 10 ਵਰਸੋਂ ਮੇ ਹਮਾਰੀ ਸਰਕਾਰ ਨੇ ਕਿਸਾਨੋ ਕੀ 14 ਅਨਯ ਫਸਲੇ ਵੀ MSP ਪਰ ਖਰੀਦਣੇ ਕਾ ਕਾਮ ਕੀਆ ਥਾ ਔਰ ਆਜ 9 ਫਸਲੇ ਔਰ ਬਕਾਇਆ ਹੈ। ਹਰਿਆਣਾ ਪ੍ਰਦੇਸ਼ ਕੀ ਜਿਤਨੀ ਵੀ ਫਸਲੇ ਹੈ ਸਾਰੀ ਕੀ ਸਾਰੀ MSP ਪਰ ਖਰੀਦਣੇ ਕਾ ਕਾਮ ਇਹ ਹਮਾਰੀ ਸਰਕਾਰ ਕਰੇਗੀ। ਆਜ ਮੈਂ ਇਸਕੀ ਘੋਸ਼ਣਾ ਕਰਤਾ ਹੂੰ। ਹਰਿਆਣਾ ਦੇ ਕਰਨਾਲ ਦੇ ਬੱਲਾਂ ਵਿੱਚ ਆਮ ਆਦਮੀ ਪਾਰਟੀ ਨੇ ਪਰਿਵਰਤਨ ਰੈਲੀ ਕੀਤੀ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀਆਂ ਨੇ। ਇਸ ਵਿੱਚ ਕਿਸੇ ਤੋਂ 1 ਰੁਪਈਆ ਤਾਂ ਦੂਰ ਸਗੋਂ ਚਾਹ ਦਾ ਕੱਪ ਵੀ ਨਹੀਂ ਪੀਤਾ ਗਿਆ। ਇਸ ਦੇ ਉਲਟ ਹਰਿਆਣਾ ਦੀ ਭਾਜਪਾ ਸਰਕਾਰ ਨੌਜਵਾਨਾਂ ਨੂੰ ਰੂਸ ਯੂਕਰੇਨ ਦੀ ਜੰਗ ਵਿਚਾਲੇ ਭੇਜ ਰਹੀ ਹੈ। ਇਸ ਮੌਕੇ ਉਹਨਾਂ ਹਰਿਆਣਾ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ। ਬਹੁਤ ਖੁਸ਼ੀ ਹੋਈ ਇਸ ਗਾਂਵ ਮੇ ਆ ਕੇ ਬੱਲਾ ਗਾਂਵ ਮੇ ਔਰ ਇਸ ਗਾਂਵ ਕਾ ਇਤਿਹਾਸ ਮੁਝੇ ਪਤਾ ਚਲਾ ਕਿ ਕੁਰਬਾਨੀਓ ਕਾ ਇਤਿਹਾਸ ਹੈ ਔਰ ਇਹ ਪੂਰਾ ਗਾਂਵ ਹੀ ਮਾਨ ਬਰਾਦਰੀ ਕਾ ਹੈ। ਬਹੁਤ ਪੁਰਾਣੇ ਪੰਜਾਬ ਸੇ ਜਬ ਗ੍ਰੇਟਰ ਪੰਜਾਬ ਹੋਤਾ ਥਾ ਬੜਾ ਪੰਜਾਬ ਹੋਤਾ ਥਾ ਉਧਰ ਸੇ ਆਏ। ਕਰਨਾਲ ਕੇ ਪਾਸ ਵੀ ਬਹੁਤ ਸੇ ਗਾਂਵ ਐਸੇ ਹੈ। ਆਸ ਪਾਸ ਮੇ 5-7 ਗਾਂਵ ਵੀ ਐਸੇ ਹੈ ਜੋ ਮਾਨ ਬਰਾਦਰੀ ਸੇ ਹੈ। ਦੇਖੋ ਭਾਈ ਸਾਹਿਬ ਬਾਤ ਇਹ ਹੈ ਕਿ ਆਮ ਲੋਕੋ ਕੇ ਪਾਸ ਰਾਜ ਅਭੀ ਆਇਆ ਹੈ। ਇਸਸੇ ਪਹਿਲੇ ਆਪ ਲੋਕੋ ਕੇ ਔਰ ਆਮ ਲੋਕੋ ਕੇ ਬੇਟੇ ਬੇਟੀਓ ਕੋ ਸਿਰਫ ਜਿੰਦਾਬਾਦ ਔਰ ਮੁਰਦਾਬਾਦ ਕੇ ਲੀਏ ਯੂਜ਼ ਕੀਆ ਜਾਤਾ ਥਾ ਇਸਤੇਮਾਲ ਕੀਆ ਜਾਤਾ ਥਾ। ਚੇਅਰਮੈਨ ਤੋ ਮੰਤਰੀ ਤੋ ਮੁੱਖ ਮੰਤਰੀ ਤੋ ਚੌਟਾਲੇ ਬਨਤੇ ਥੇ, ਕਾਂਗਰਸੀ ਬਨਤੇ ਥੇ, ਖੱਟਰ ਬਨਤੇ ਥੇ, ਸੈਨੀ ਨਾਇਬ ਸੈਨੀ ਅਬ ਬਣਾ ਦਿਆ। ਇਹ ਪਾਰਟੀਓ ਕੇ ਬੜੇ ਨੇਤਾ ਬਨਤੇ ਥੇ, ਆਮ ਲੋਕੋ ਕੋ ਨਹੀਂ ਮੌਕਾ ਮਿਲਤਾ ਥਾ। ਇਹ ਅਰਵਿੰਦ ਕੇਜਰੀਵਾਲ ਕੀ ਪਾਰਟੀ ਹੈ,
जिसने आम लोगों को मंत्री मुख्यमंत्री चेयरमैन बनाया, इस बात के लिए मैं तालियां चाहूंगा आप लोगों से कि आप लोगों की बारी आ गई, आम लोगों की बारी आ गई। हुण आम लोगों के धियां पुत चेयरमैन बनणगे, मंत्री बनणगे, विधायक बनणगे, मुख्यमंत्री बनणगे, क्यों नहीं बनणगे? की गल भी की कमी है साडे बच्चों च? सानू लाल बत्ती वाली गड्डी च बहना नहीं आता? सानू हैलीकॉप्टर च उतरना नहीं आता? आ जिहड़ा हैलीकॉप्टर खड़ा ना जर्नी फोटो खिंच लियो, यह इन्हां तों खोया है, इन्हां ने देना नहीं सी इहदा आम बंदियां नूं, यह लोगों ने लैके दिता, लोगों ने पंजाब के लोगों ने लैके दिता। 92 सीटा दे के 117 चो आ हैलीकॉप्टर लैके दिता, नहीं तो यह समझते सी यह साडे ही हुंदे आ बस। 43,000 सरकारी नौकरियां देके तुहाडे सामने तुहाडा बेटा खड़ा है, आ तुहाडे सामने खड़ा, तुसी इस गल दा माण महसूस कर सकते हो कि साडा एक बच्चा, साडा एक भाई, साडा एक बेटा आ पंजाब दा मुख्यमंत्री है। 2.5 साल हो गए, एक रुपये की करप्शन का इल्जाम ला के दिखा देने, एक रुपये की करप्शन का इल्जाम, यह नहीं हो सकता। सो वीरो, इसे गल तो डरते ने कि जे ये आ गए होर किसी आन नहीं देंगे, फिर रस्ते बंद हो जाते ने। दिल्ली में एक बार केजरीवाल आया, उसके बाद कोई आया ही नहीं, रास्ते बंद। अब इनको पता चल गया पंजाब में भी कोई नहीं आएगा, अब इनको पता चल गया ये हरियाणा में आ गए, तो फिर भी यहां भी हमारी दुकान बंद हो जाएगी। इनकी दुकानें बंद करनी है, जो करप्शन की और आपको आम लोगों को लूटने की दुकानें खोल रखी हैं, ये बंद करने के लिए आम आदमी पार्टी आई है। हम दुकानें खोलने नहीं आए, हम तो अपने अपनी कमाई के साधन छोड़ के आए हैं। भाई साहब बड़ा फेमस कलाकार था, देखा होगा टीवी में आपने, मुझे क्या कमाई की कमी थी, बॉलीवुड में भी जा रहा था, कहीं भी चला जाता, आज भी चला जाऊं वो तो आज भी बुलाते हैं मुझे। मैंने कहा नहीं यार, अब तो लोगों के लेखे लगा दिए यार, अब तो जो होगा देखी जाएगी। भारतीय पुरुष हाकी टीम ने शूटआउट विच ग्रेट ब्रिटेन नूं हरा के सैमीफाइनल विच जगह बना ली है। पैरिस ओलंपिक विच पहला क्वार्टर गोल रहित रहने तो बाद दूजे क्वार्टर विच 22वें मिनट विच हरमनप्रीत सिंह ने पेनल्टी कॉर्नर नूं गोल विच बदल के भारत नूं ब्रिटेन उत्ते 1-0 की बढ़त दवाई। दूजे क्वार्टर की समाप्ति तो पहला 27वें मिनट विच मैल्टन ली ने ब्रिटेन लिए पहला गोल करके स्कोर बराबर कर दिया। इस नाल दूजे क्वार्टर तक दोवें टीमां एक बार फिर बराबरी ते रहियां, पर इस दौरान स्कोर 1-1 नाल बराबर रहा। तीजे क्वार्टर विच दोवें टीमां कोई गोल नहीं कर सकियां, जिस कारण स्कोर 1-1 नाल बराबर रहा। चौथे क्वार्टर विच एक बार फिर रक्षात्मक तरीके नाल खेडदे हुए ब्रिटेन नूं कोई भी गोल नहीं कर दिता गया अते अंत तक स्कोर 1-1 ते रहा, जिस तों बाद मैच पेनल्टी शूटआउट उत्ते पहुँच गया। भारतीय हाकी टीम ने ग्रेट ब्रिटेन की टीम नूं शूटआउट विच 4-2 दे फर्क नाल हरा दिता अते सैमीफाइनल विच अपनी जगह पक्की कीती है। पंजाब दे मुख्यमंत्री भगवंत मान समेत देश दे वड्डे सियासी आगुआं ने खिडारी नूं वधाई दिती है। भारतीय हाकी टीम ने क्वार्टर फाइनल मुकाबले दे रोमांचक शूटआउट विच इंग्लैंड नूं 4-2 दे फर्क नाल हरा के पैरिस ओलंपिक दे सैमीफाइनल विच प्रवेश कीता। मैच दे पूरे समय तक दोवां टीमां दा स्कोर 1-1 दे नाल बराबर सी, पर शूटआउट विच गोलकीपर PR श्रीजेश ने 2 गोल डिफेंस किए। उत्थे ही कप्तान हरमनप्रीत सिंह, सुखजीत ललित अते राजकुमार ने भारत लई शूटआउट विच गोल किए, जिस दे चलदे भारत ने लगातार
ਜਿਸ ਦੇ ਚਲਦਿਆਂ ਲਗਾਤਾਰ ਦੂਜੀ ਵਾਰ ਓਲੰਪਿਕ ਵਿੱਚ ਭਾਰਤ ਨੇ ਹਾਕੀ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਭਾਰਤੀ ਟੀਮ ਦੀ ਜਿੱਤ ਦੇ ਸੰਬੰਧ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਕੋਚ ਯੋਦਵਿੰਦਰ ਸਿੰਘ ਨੇ ਸਮੁੱਚੀ ਹਾਕੀ ਟੀਮ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਵਧਾਈ ਦਿੱਤੀ ਹੈ। ਉਧਰ ਹਾਕੀ ਕੋਚ ਅਵਤਾਰ ਸਿੰਘ ਨੇ ਵੀ ਭਾਰਤੀ ਟੀਮ ਦੀ ਜਿੱਤ ਉੱਤੇ ਖਿਡਾਰੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ 10 ਖਿਡਾਰੀਆਂ ਨਾਲ ਖੇਡਣ ਵਾਲੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਹਨਾਂ ਦੱਸਿਆ ਕਿ ਸੁਰਜੀਤ ਹਾਕੀ ਸਟੇਡੀਅਮ ਤੋਂ ਟੀਮ ਵਿੱਚ 6 ਖਿਡਾਰੀ ਖੇਡ ਰਹੇ ਸਨ, ਜਿਨ੍ਹਾਂ ਨੇ ਇਸ ਮੈਚ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਉੱਥੇ ਹੀ ਭਾਰਤੀ ਹਾਕੀ ਟੀਮ ਦੀ ਜਿੱਤ ਨੂੰ ਲੈ ਕੇ ਫਾਰਵਰਡ ਹਾਕੀ ਖਿਡਾਰੀ ਮਨਦੀਪ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ ਅਤੇ ਕਾਮਨਾ ਕੀਤੀ ਹੈ ਕਿ ਇਸ ਵਾਰ ਫਿਰ ਟੀਮ ਇੰਡੀਆ ਸੋਨੇ ਦਾ ਤਮਗਾ ਜਿੱਤੇਗੀ। आज हमें बहुत खुशी हो रही है कि इंडियन हॉकी टीम ने सेमीफाइनल्स में जगह बनाई है और बहुत अच्छा खेले हैं। पूरी टीम ने बहुत जोर लगाया और श्री जेश की तो क्या बात है, बहुत अच्छा खेले और मैं पूरी टीम पे बहुत हम लोग बहुत प्राउड कर रहे हैं। बहुत अच्छा खेले हैं लड़के और हम आस करते हैं कि इंडिया फाइनल में जगह बनाए और गोल्ड लेकर आए और हमारी सबकी शुभकामनाएँ इंडियन हॉकी टीम के साथ हैं। आई एम वेरी प्राउड ऑफ हरमनप्रीत सिंह, जिसे मैं प्यार से अर्जुन भी बोलता हूँ और I love him. God bless you guys and Indian hockey team. ਉਧਰ ਭਾਰਤੀ ਹਾਕੀ ਟੀਮ ਦੇ ਮੈਚ ਜਿੱਤਣ ਤੋਂ ਬਾਅਦ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਪਰਿਵਾਰ ਵਿੱਚ ਵੀ ਕਾਫੀ ਖੁਸ਼ੀ ਵੇਖਣ ਨੂੰ ਮਿਲੀ। ਇਸ ਦੌਰਾਨ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਗਰਮੀ ਦੀਆਂ ਛੁੱਟੀਆਂ ਵਿੱਚ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿੱਚ ਲਗਾਏ ਗਏ ਗੁਰਮਤਿ ਕੈਂਪਾਂ ਵਿੱਚ 16,000 ਤੋਂ ਵੱਧ ਬੱਚਿਆਂ ਨੇ ਗੁਰਸਿੱਖੀ ਜੀਵਨ ਜਾਂਚ ਸਿੱਖਿਆ ਹਾਸਲ ਕੀਤੀ ਸੀ। ਇਹਨਾਂ ਕੈਂਪਾਂ ਵਿੱਚ ਪੜ੍ਹਾਉਣ ਵਾਲੇ 650 ਅਧਿਆਪਕਾਂ ਅਤੇ ਵਲੰਟੀਅਰਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਰਵਾਏ ਗਏ ਇੱਕ ਸਮਾਗਮ ਵਿੱਚ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਬੱਚੇ ਗੁਰਸਿੱਖੀ ਜੀਵਨ ਨਾਲ ਜੁੜਦੇ ਨੇ। ਉਹਨਾਂ ਕਿਹਾ ਕਿ ਜਿੱਥੇ ਬੱਚਿਆਂ ਨੇ ਗੁਰਸਿੱਖੀ ਜੀਵਨ ਜਾਂਚ ਸਿੱਖੀ ਹੈ ਉੱਥੇ ਹੀ ਗੁਰਬਾਣੀ ਨਾਲ ਜੁੜਦਿਆਂ ਕੀਰਤਨ ਕਰਨ ਦੀ ਮਹਾਰਤ ਹਾਸਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਗੁਰਮਤਿ ਕੈਂਪ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਸਮੇਤ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਲੱਗੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਗੁਰਮਤਿ ਕੈਂਪ ਲਗਾਏ ਗਏ ਸਨ, ਜੋ ਕਿ ਦਿੱਲੀ ਦੇ ਵਿੱਚ NCR ਦੇ ਵਿੱਚ ਔਰ ਹੋਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਪ੍ਰਚਾਰਕ ਜਿਹੜੇ ਭੇਜੇ ਗਏ ਸੀ। 1 ਮਹੀਨੇ ਦਾ ਕੈਂਪ ਸੀ ਔਰ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਬਹੁਤ ਸਾਰੀ ਸਿੱਖ ਧਰਮ ਦੇ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ, ਬੱਚਿਆਂ ਨੂੰ ਇਤਿਹਾਸ ਦੇ ਬਾਰੇ ਦੱਸਿਆ ਗਿਆ, ਬੱਚਿਆਂ ਨੂੰ ਕੀਰਤਨ ਸਿਖਲਾਈ ਕੀਤੀ ਗਈ, ਗੱਤਕਾ, ਦਸਤਾਰ, ਇਹ ਸਾਰੇ ਸਿੱਖੀ ਦੇ ਬਾਰੇ ਬੱਚਿਆਂ ਨੂੰ ਸਮਝਾਇਆ ਗਿਆ ਔਰ ਬੱਚਿਆਂ ਦੇ ਜੀਵਨ ਦੇ ਵਿੱਚ ਬਹੁਤ ਤਬਦੀਲੀ ਆਈ। ਬਹੁਤ ਸਾਰੇ ਪਰਿਵਾਰਾਂ ਨੇ ਸਾਨੂੰ ਆਪ ਖੁਦ ਮਿਲ ਕੇ ਕਿਹਾ ਕਿ ਕੈਂਪ ਤੋਂ ਬਾਅਦ, ਕੈਂਪ ਅਟੈਂਡ ਕਰਨ ਤੋਂ ਬਾਅਦ ਬੱਚਿਆਂ ਨੇ ਲਗਾਤਾਰ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ, ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ ਔਰ ਇਤਿਹਾਸਿਕ ਕਿਤਾਬਾਂ ਜਿਹੜੀਆਂ ਉਹ ਬੱਚੇ ਪੜ੍ਹ ਰਹੇ ਆ, ਉਹਨਾਂ ਦਾ ਰੁਝਾਨ ਜਿਹੜਾ ਉਹ ਸਿੱਖੀ ਵੱਲੇ ਹੋਇਆ। ਸੋ ਇਹ ਬਹੁਤ ਵੱਡੇ ਕਾਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਕੈਂਪ ਦੇ ਰੂਪ ਵਿੱਚ ਕੀਤੇ ਗਏ ਸੀ।
ਜਿਹੜੇ ਵਲੰਟੀਅਰਸ ਜਿਹੜੇ ਅਧਿਆਪਕਾਂ ਨੇ ਉੱਥੇ ਸੇਵਾਵਾਂ ਦਿੱਤੀਆਂ ਸੀ, ਅੱਜ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨ ਕੀਤਾ ਗਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਉਹਨਾਂ ਨੂੰ ਸਰੋਪਾ ਭੇਟ ਕਰਕੇ ਔਰ ਨਾਲ ਸ਼ੀਲਡ ਦੇ ਕੇ ਸਨਮਾਨ ਕੀਤਾ ਗਿਆ। ਹੌਸਲਾ ਅਫਜਾਈ ਕੀਤੀ ਗਈ ਆ ਤਾਂ ਕਿ ਉਹ ਵਲੰਟੀਅਰ ਸਿੱਖੀ ਦਾ ਹੋਰ ਵੱਧ ਤੋਂ ਵੱਧ ਪ੍ਰਚਾਰ ਕਰਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮਤਿ ਦੇ ਨਾਲ ਸਿੱਖੀ ਦੇ ਨਾਲ ਜੋੜਿਆ ਜਾ ਸਕੇ। ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੇ ਪ੍ਰੋਗਰਾਮ ਜਿਹੜੇ ਰੱਖੇ ਗਏ ਸਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਗੁਰਮਤਿ ਕੈਂਪ ਲਗਾਏ ਗਏ ਸੀ, ਉਹਦੇ ਵਿੱਚ 16,000 ਬੱਚਿਆਂ ਨੇ ਪਾਰਟੀਸਪੇਟ ਕੀਤਾ ਸੀਗਾ ਔਰ ਅੱਜ ਉਹਨਾਂ ਕੈਂਪਾਂ ਦੇ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਸਾਹਿਬਾਨ 650 ਅਧਿਆਪਕ ਸਾਹਿਬਾਨਾਂ ਦਾ ਸਨਮਾਨ ਕੀਤਾ ਗਿਆ ਗੁਰਦੁਆਰਾ ਇਸ ਕਮੇਟੀ ਵੱਲੋਂ। ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਗੁਰਸਿੱਖੇ ਦੀਆਂ ਪਾਠਸ਼ਾਲਾ ਧਰਮਸ਼ਾਲਾ ਅਤੇ ਗੁਰਦੁਆਰਿਆਂ ਦੇ ਵਿੱਚ ਇਹੋ ਜਿਹੇ ਕਾਰਜ ਜਦੋਂ ਚੱਲਣਗੇ ਤਾਂ ਸਾਡੀ ਸਿੱਖੀ ਦੀ ਖੁਸ਼ਬੂ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚੇਗੀ। ਮੈਂ ਇਹਨਾਂ ਅਧਿਆਪਕ ਸਾਹਿਬਾਨਾਂ ਨੂੰ ਵੀ ਅੱਜ ਬੇਨਤੀ ਕਰਦਾ ਕਿ ਤੁਹਾਡੇ ਪਾਸ ਇੱਕ ਸਾਲ ਦਾ ਸਮਾਂ ਹੈ, ਤੁਸੀਂ ਇੱਕ ਸਾਲ ਦੇ ਸਮੇਂ ਵਿੱਚ ਇਹੋ ਜਿਹੀ ਤਿਆਰੀ ਕਰੋ, ਆਪਣੇ ਆਤਮਕ ਜੀਵਨ ਨੂੰ ਵੀ ਉੱਚਾ ਚੁੱਕੋ ਤਾਂ ਕਿ ਜਦੋਂ ਅਗਲੇ ਸਾਲ ਸਾਨੂੰ 20 ਦਿਨ ਮਿਲਣਗੇ ਅਤੇ 20 ਦਿਨਾਂ ਦੇ ਵਿੱਚ ਆਪਾਂ ਬੱਚਿਆਂ ਨੂੰ ਗੁਰਮਤਿ ਦੀ ਉਹ ਵਿੱਦਿਆ ਦੇਣੀ ਹੈ ਜਿਨ੍ਹਾਂ ਦੇ ਨਾਲ ਬੱਚਿਆਂ ਦਾ ਆਤਮਕ ਜੀਵਨ ਉੱਚਾ ਹੋਵੇ ਅਤੇ ਤਾਂ ਕਿ ਉਹਨਾਂ ਨੂੰ ਜੀਵਨ ਜਾਂਚ ਆਵੇ, ਗੁਰਸਿੱਖੀ ਦੇ ਮਾਰਗ 'ਤੇ ਚੱਲਣ ਅਤੇ ਗੁਰਬਾਣੀ ਦੀ ਖੁਸ਼ਬੂ ਉਹਨਾਂ ਦੇ ਹਿਰਦਿਆਂ ਦੇ ਵਿੱਚ ਵਸੇ ਅਤੇ ਉਹ ਖੁਸ਼ਬੂ ਜਿਹੜੀ ਉਹਨਾਂ ਦੇ ਹਿਰਦਿਆਂ ਦੇ ਵਿੱਚ ਵਸੇਗੀ, ਉਹਦੀ ਜੋ ਜਿਹੜੀ ਖੁਸ਼ਬੂ ਆਵੇਗੀ ਉਸ ਖੁਸ਼ਬੂ ਤੋਂ ਬਾਕੀ ਦੀਆਂ ਕੌਮਾਂ ਪ੍ਰਭਾਵਿਤ ਹੋ ਕੇ ਸਿੱਖ ਕੌਮ ਦੇ ਵਿੱਚ ਆਉਣ ਵਾਸਤੇ ਸਿੱਖ ਕੌਮ ਦੇ ਵਿੱਚ ਆ ਜਾਣਗੀਆਂ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਜੀਵਨ ਨੂੰ ਆਤਮਕ ਜੀਵਨ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੀਏ। ਇੱਕ ਸਾਲ ਦਾ ਸਾਡੇ ਪਾਸ ਸਮਾਂ ਹੈ ਤਾਂ ਕਿ ਜਦੋਂ ਅਗਲੇ ਸਾਲ ਆਪਾਂ ਗੁਰਮਤਿ ਕੈਂਪ ਲਗਾਈਏ ਤਾਂ ਉਹਦੇ ਵਿੱਚ ਜਿੱਥੇ ਐਤਕੀ 16,000 ਬੱਚਿਆਂ ਨੇ ਪਾਰਟੀਸਪੇਟ ਕੀਤਾ ਅਤੇ ਅਗਲੀ ਵਾਰ ਇਹ ਗਿਣਤੀ ਵਧਣੀ ਚਾਹੀਦੀ ਹੈ, ਜਿੱਦਾਂ ਕਿ ਇਸ ਜਮਾਤ ਦੀ ਗਿਣਤੀ ਪਹਿਲੀ ਵਾਰੀ 4,000 ਸੀ, ਅਗਲੇ ਵਾਰੀ 12,000 ਹੋਈ, ਐਤਕੀ 16,000 ਸੀ। ਅਧਿਆਪਕਾਂ ਦੀ ਗਿਣਤੀ ਪਹਿਲੀ ਵਾਰੀ 167 ਸੀ, ਅਗਲੇ ਸਾਲ 497 ਹੋਈ ਅਤੇ ਅੱਜ 650 ਹੋਈ। ਇਸ ਜਮਾਤ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ, ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਸਾਰੇ ਅਧਿਆਪਕ ਸਾਹਿਬਾਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਗੁਰਮਤਿ ਦੀ ਵਿੱਦਿਆ ਇਹਨਾਂ ਦੇ ਹਿਰਦਿਆਂ ਦੇ ਵਿੱਚ ਵੱਸ ਜਾਵੇ, ਗੁਰਬਾਣੀ ਦਾ ਭਾਵ ਇਹਨਾਂ ਦੇ ਹਿਰਦਿਆਂ ਦੇ ਵਿੱਚ ਵੱਸ ਜਾਵੇ। ਉਹ ਤਾਂ ਹੀ ਵਸੇਗਾ ਜੇ ਸ਼ਬਦ ਗੁਰੂ ਨੂੰ ਇਹ ਮੰਨਣਗੇ, ਸ਼ਬਦ ਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ, ਸ਼ਬਦ ਨੂੰ ਸਮਝਣ ਦੇ ਵਾਸਤੇ ਗੁਰਬਾਣੀ ਦੇ ਅੱਖਰਾਂ ਨੂੰ ਪੜ੍ਹਨਗੇ, ਗੁਰਬਾਣੀ ਦੇ ਅੱਖਰਾਂ ਨੂੰ ਪੜ੍ਹ ਕੇ ਉਹਨਾਂ ਨੂੰ ਵਿਚਾਰਨਗੇ, ਜਦੋਂ ਵਿਚਾਰ ਕੇ ਗੁਰਬਾਣੀ ਨੂੰ ਪੜ੍ਹਨਗੇ ਅਤੇ ਗੁਰਬਾਣੀ ਇਹਨਾਂ ਦੇ ਹਿਰਦਿਆਂ ਦੇ ਵਿੱਚ ਘਰ ਜਾਵੇਗੀ, ਫਿਰ ਸਿੱਖੀ ਜਿਹੜੀ ਹੈ ਸਾਡੀ ਦ੍ਰਿੜ ਹੋਵੇਗੀ। ਜੋ 2024 ਦੇ ਵਿੱਚ ਗੁਰਮਤਿ ਕੈਂਪ ਲਾਏ ਗਏ ਸੀ ਪੂਰੀ ਦਿੱਲੀ ਦੇ ਵਿੱਚ NCR ਦੇ ਵਿੱਚ, ਉਹਨਾਂ ਦੇ ਜਿਹੜੇ ਵਲੰਟੀਅਰ ਸੀ, ਜੋ ਅਧਿਆਪਕ ਸਾਹਿਬਾਨ ਸੀ, ਅੱਜ ਉਹਨਾਂ ਨੂੰ ਬੰਗਲਾ ਸਾਹਿਬ ਗੁਰਦੁਆਰਾ ਵਿਖੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ, ਜਨਰਲ ਸੈਕਟਰੀ ਸਰਦਾਰ ਜਗਦੀਪ ਸਿੰਘ ਕਾਹਲੋਂ ਜੀ ਔਰ ਧਰਮ ਪ੍ਰਚਾਰ ਦੇ ਚੇਅਰਮੈਨ ਜਸਪ੍ਰੀਤ ਕਰਮ ਸਰ ਵੱਲੋਂ ਬੰਗਲਾ ਸਾਹਿਬ ਗੁਰਦੁਆਰਾ ਬੁਲਾ ਕੇ ਉਹਨਾਂ ਸਭ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਜੋ ਆਉਣ ਵਾਲੇ ਸਾਲਾਂ ਦੇ ਵਿੱਚ, ਵੈਸੇ ਤਾਂ ਪਿਛਲੇ 3 ਸਾਲਾਂ ਤੋਂ ਜਦੋਂ ਤੋਂ ਇਹ ਕੈਂਪ ਸ਼ੁਰੂ ਹੋਇਆ, ਹਰ ਕੈਂਪ ਦੇ ਵਿੱਚ ਜਿੱਥੇ ਬੱਚਿਆਂ ਦੀ ਗਿਣਤੀ ਵਧੀ ਹੈ ਉੱਥੇ ਅਧਿਆਪਕਾਂ ਦੀ ਵਲੰਟੀਅਰਸ ਦੀ ਵੀ ਗਿਣਤੀ ਵਧੀ ਹੈ ਅਤੇ ਮੈਂ ਆਸ਼ਾ ਕਰਦਾ ਹਾਂ ਕਿ ਅੱਗੇ ਆਉਣ ਵਾਲਾ ਜਿਹੜਾ 2025 ਦਾ ਕੈਂਪ ਹੋਏਗਾ ਉਹ ਪਿਛਲੀ ਵਾਰ ਨਾਲੋਂ ਵੀ ਇਸ ਵਾਰ ਨਾਲੋਂ ਵੀ ਡਬਲ ਹੋਏਗਾ, ਕਿਉਂਕਿ ਇਸ ਵਾਰ ਵੀ ਲਗਭਗ 650 ਦੇ ਕਰੀਬ ਜਿਹੜੇ ਵਲੰਟੀਅਰ ਟੀਚਰ ਸੀ ਉਹਨਾਂ ਦਾ ਸਨਮਾਨ ਬੰਗਲਾ ਸਾਹਿਬ ਗੁਰਦੁਆਰਾ ਕੀਤਾ ਗਿਆ। ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜਾ ਆਪਣੇ ਕੀਮਤੀ ਸਮੇਂ ਚੋਂ ਕੱਢ ਕੇ ਪੰਜਾਬੀ ਨੂੰ ਔਰ ਗੁਰਬਾਣੀ ਨੂੰ ਵਧਾਉਣ ਵਾਸਤੇ ਉਹਨਾਂ ਨੂੰ ਅੱਗੇ ਪ੍ਰਚਾਰ ਪ੍ਰਸਾਰ ਵਾਸਤੇ ਜਿਹੜਾ ਆਪਣਾ ਟਾਈਮ ਕੱਢਦੇ ਨੇ, ਸਭ ਦਾ ਬਹੁਤ ਬਹੁਤ ਧੰਨਵਾਦ ਔਰ ਇੱਕ ਵਾਰੀ ਸਭ ਨੂੰ ਬਹੁਤ ਬਹੁਤ ਵਧਾਈ। ਸਮਰ ਕੈਂਪ ਲਗਾਇਆ ਸੀ ਮੈਂ ਔਰ ਮੇਰੇ ਜੋ ਸਾਥੀ ਜਿਹੜੇ ਨੇ ਹਰਿੰਦਰ ਪਾਟੀਆ ਜੀ, ਮੈਂ ਮਿਊਜ਼ਿਕ ਟੀਚਰ ਔਰ ਪੰਜਾਬੀ ਟੀਚਰ ਦੇ ਤੌਰ 'ਤੇ ਸਮਰ ਕੈਂਪ ਵਿੱਚ ਉੱਥੇ ਜਿਹੜਾ ਏਰੀਆ ਹੈ ਉਹ ਹੈਗਾ ਅਤੇ ਥੋੜ੍ਹਾ ਜਿਹਾ ਮਤਲਬ ਕਿ ਸਲੰਮ ਏਰੀਆ ਹੈ, ਬਟ ਉੱਥੇ ਦੇ ਬੱਚੇ ਇੰਨੇ ਕੋਪਰੇਟਿਵ ਸੀ, ਸਲੰਮ ਏਰੀਏ 'ਚੋਂ ਵੀ ਇੰਨੇ ਪਿਆਰੇ ਬੱਚੇ
ਬੱਚਿਆਂ ਨੇ ਆ ਕੇ ਸ਼ਬਦ ਗਾਇਨ ਕੀਤਾ। ਪੰਜਾਬੀ ਸੀਗੀ, ਹਿੰਦੂ ਫੈਮਿਲੀ ਦੇ ਬੱਚੇ ਸਨ ਔਰ ਸਾਰੇ ਬੱਚਿਆਂ ਨੇ ਡਿਵਿਨਿਟੀ ਮਤਲਬ ਇੱਕ ਡਿਵਿਨਿਟੀ ਜੋ ਇੱਕ ਇੱਕ ਬੁੱਕ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੁੱਕ ਜੋ ਕੋਰਸ ਸੀ ਮੈਂ ਸਾਰਾ ਕੋਰਸ ਉਹਦੇ ਵਿੱਚੋਂ ਹੀ ਕਰਾਇਆ ਔਰ ਸਾਰੇ ਬੱਚਿਆਂ ਨੇ ਲਾਸਟ ਜਦੋਂ ਅਸੀਂ ਪਰਫੋਰਮੈਂਸ ਦਿੱਤੀ ਉਦੋਂ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੋਗਰਾਮ ਬਹੁਤ ਵਧੀਆ ਗਿਆ ਸੀ। ਅਸੀਂ ਅਤਿ ਧੰਨਵਾਦੀ ਹਾਂ ਦਿੱਲੀ ਪ੍ਰਬੰਧਕ ਕਮੇਟੀ ਦੇ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਔਰ ਕਰਮ ਸਰ ਜੀ ਦੇ ਜਸਪ੍ਰੀਤ ਸਿੰਘ ਕਰਮ ਸਰ ਜੀ ਕਾਲੂਜੀਤ ਕਾਹਲੋ ਜੀ ਦੇ ਔਰ ਅਤਿਅੰਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਵੀ ਸਾਡਾ ਵੀ ਹੌਸਲਾ ਵਧਾਉਣ ਵਾਸਤੇ ਸਾਰੇ ਟੀਚਰਸ ਨੂੰ ਵੀ ਪ੍ਰੇਰਿਤ ਕੀਤਾ ਸਨਮਾਨਿਤ ਕੀਤਾ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ, ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਯੋਗੇ ਬਣਾਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਤਾਰ ਮੁਕਾਬਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ ਬਲਾਕ ਸਿੰਧੀ ਕਲੋਨੀ ਸਰੂਪਨਗਰ ਦਿੱਲੀ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 5 ਤੋਂ 20 ਸਾਲ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਅੱਛਾ ਲੱਗ ਰਿਹਾ ਮੈਨੂੰ ਪੱਗ ਬੰਨ੍ਹ ਕੇ। ਅੱਜ ਦੀ ਜਨਰੇਸ਼ਨ ਜਿਹੜੇ ਪੱਗ ਨਹੀਂ ਬੰਨਦੇ ਉਹ ਗਲਤ ਹੈ। ਪੱਗ ਸਾਡੀ ਸਿੱਖ ਕੌਮ ਦੀ ਸ਼ਾਨ ਹੈ, ਦਸਤਾਰ ਸਾਡਾ ਤਾਜ ਹੈ ਸਿਰ ਦਾ। ਸੱਚਖੰਡ ਵਾਸੀ ਸੰਤ ਬਾਬਾ ਗੁਰਮੇਲ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਗੋਬਿੰਦਸਰ ਪਾਤਸ਼ਾਹੀ 6ਵੀਂ ਜੀ ਟੀ ਰੋਡ ਕਰਨਾਲ ਵਿਖੇ ਮਨਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜਥੇ ਨੇ ਸੰਗਤ ਨੂੰ ਹਰ ਜਸ ਨਾਲ ਨਿਹਾਲ ਕੀਤਾ। ਇਸ ਮੌਕੇ ਚੇਅਰਮੈਨ ਹਰਪਾਲ ਸਿੰਘ, ਪ੍ਰਬੰਧਕ ਨਰਾਇਣ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤ ਨੇ ਸ਼ਮੂਲੀਅਤ ਕੀਤੀ। ਅਸੀਂ ਇਸ ਟਾਈਮ ਸੰਤ ਬਾਬਾ ਗੁਰਮੇਲ ਸਿੰਘ ਜੀ ਜੋ ਸੱਚਖੰਡ ਵਾਸੀ ਨੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਗੁਰਮਤਿ ਸਮਾਗਮ ਹੋ ਰਿਹਾ ਹੈ। ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਕੇ ਘੋੜੇ ਬੰਨੇ ਸਨ ਔਰ ਇਹ ਜਿਹੜਾ ਛੱਪੜ ਹੈ ਇਹ ਉਹਦਾ ਪ੍ਰਤੀਕ ਹੈ ਕਿ ਇੱਥੇ ਹੁਣ ਉਹ ਤਲਾਬ ਉਹ ਸਰੋਵਰ ਬਣ ਗਿਆ ਹੈ। ਇੱਥੇ ਸੰਗਤਾਂ ਇਸ਼ਨਾਨ ਕਰਦੀਆਂ ਨੇ ਅਤੇ ਆਪਣੇ ਦੁੱਖ ਦੂਰ ਕਰਦੀਆਂ ਨੇ। ਬਾਬਾ ਬੁੱਢਾ ਸਾਹਿਬ ਵੀ ਇੱਥੇ ਇਹ ਬੂੜਪੁਰ ਗਾਓਂ ਹੈਗਾ ਇਹਦੇ ਨਾਲ, ਇੱਥੇ ਬਾਬਾ ਬੁੱਢਾ ਸਾਹਿਬ ਵੀ ਆਏ ਸਨ ਔਰ ਇਹ ਉਹ ਸਥਾਨ ਹੈ ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਨੂੰ ਕੈਦ ਕਰਕੇ ਲਿਆਂਦਾ ਗਿਆ ਇਸੇ ਸਥਾਨ ਤੋਂ ਲੰਘੇ। 30,000 ਫੌਜ ਜਿਹੜੀ 30,000 ਦੇ ਉੱਥੇ ਆ ਕੇ ਠਹਿਰੀ, ਉਹਨੇ ਵੀ ਇੱਥੇ ਆ ਕੇ ਪੜਾਓ ਪਾਇਆ। ਸੋ ਇਹ ਸਥਾਨ ਬੜਾ ਇਤਿਹਾਸਿਕ ਹੈ ਅਤੇ ਸੰਤ ਬਾਬਾ ਗੁਰਮੇਲ ਸਿੰਘ ਜੀ ਨੇ ਇਹਦੀ ਨਿਸ਼ਾਨਦੇਹੀ ਕਰਕੇ ਇਸ ਸਥਾਨ ਨੂੰ ਉਜਾਗਰ ਕੀਤਾ ਔਰ ਇੱਥੇ ਬਹੁਤ ਜ਼ਿਆਦਾ ਇੱਥੇ ਤਸ਼ੱਦਦ ਵੀ ਹੋਈ। 1984 ਦੇ ਜਦੋਂ ਦੰਗੇ ਹੋਏ, ਸਰਕਾਰੀ ਕਤਲੇਆਮ ਜਿਹਨੂੰ ਕਹਿੰਦੇ ਹਾਂ ਅਸੀਂ, 29 ਸਿੰਘ ਇੱਥੇ ਸ਼ਹੀਦ ਹੋਏ ਨੇ ਔਰ ਇਹ ਉਹਨਾਂ ਦੀ ਉੱਥੇ ਨਾਮ ਔਰ ਉਹਨਾਂ ਦੇ ਸਾਰਾ ਵੇਰਵਾ ਵੀ ਇੱਥੇ ਦਿੱਤਾ ਗਿਆ। ਇਹ ਬੜਾ ਬੜਾ ਇਤਿਹਾਸਿਕ ਸਥਾਨ ਹੈ। ਬਾਬਾ ਗੁਰਮੇਲ ਸਿੰਘ ਜੀ ਦੇ ਗੁਰਪੁਰਬ 'ਤੇ ਉਹਨਾਂ ਦੇ ਜਨਮ ਦਿਵਸ 'ਤੇ ਇੱਥੇ ਗੁਰੂ ਮਹਾਰਾਜ ਦਾ ਪਾਠ ਰਖਵਾਇਆ, ਕੀਰਤਨ ਕਰਾਇਆ ਗਿਆ ਹਰਪਾਲ ਸਿੰਘ ਜੀ ਵੱਲੋਂ। ਇਸ ਅਸਥਾਨ ਦੀ, ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਨ ਦੀ ਬਹੁਤ ਵੱਡੀ ਮਹਾਨਤਾ ਹੈ। 1975 ਵਿੱਚ ਗੁਰੂ ਘਰ ਇਸਟੈਬਲਿਸ਼ ਹੋਇਆ, ਇੱਥੇ ਸੇਵਾ ਕੀਤੀ ਗਈ ਬਾਬਾ ਗੁਰਮੇਲ ਸਿੰਘ ਜੀ ਵੱਲੋਂ। ਸਾਡੇ ਪਰਿਵਾਰ ਦਾ, ਸਾਡੇ ਦਾਦਾ ਜੀ, ਸਾਡੇ ਨਾਨਾ ਜੀ, ਉਹਨਾਂ ਦਾ ਬਹੁਤ ਪ੍ਰੇਮ ਪਿਆਰ ਸੀ ਬਾਬਾ ਜੀ ਦੇ, ਬਾਬਾ ਗੁਰਮੇਲ ਸਿੰਘ ਜੀ ਵੱਡੇ ਬਾਬਾ ਜੀ ਤੋਂ। ਬਾਬਾ ਜੀ ਬਾਘਾ ਪੁਰਾਣੇ ਤੋਂ ਬਿਲੋਂਗ ਕਰਦੇ ਸਨ ਪੰਜਾਬ ਤੋਂ। ਬਹੁਤ ਵੱਡੀ ਦੇਣ ਪੰਜਾਬ ਨੂੰ ਅਤੇ ਦਿੱਲੀ ਨੂੰ ਹੈ ਸੇਵਾ ਦੇ ਤੌਰ 'ਤੇ। ਬਾਬਾ ਜੀ ਨੇ ਜੰਮੂ, ਬਾਘਾ ਪੁਰਾਣਾ, ਦਿੱਲੀ, ਯਮੁਨਾਨਗਰ, ਗੰਗਾਨਗਰ ਕਈ ਜਗ੍ਹਾ ਡੇਰੇ ਸਥਾਪਨਾ ਕੀਤੀਆਂ।
ਸ਼੍ਰੀਨਗਰ ਕੀਤੀ ਅਤੇ ਸੇਵਾ ਕੀਤੀ ਗੁਰੂ ਘਰ ਦੀ। 1984 ਵਿੱਚ ਐਸੀ ਅਸਥਾਨ ਦੇ ਉੱਤੇ 29 ਸਿੰਘਾਂ ਨੇ ਸ਼ਹਾਦਤ ਹੋਈ। ਇਸ ਗੁਰੂ ਘਰ ਦਾ ਬਹੁਤ ਵੱਡਾ ਸਿੱਖੀ ਨੂੰ ਯੋਗਦਾਨ ਵੀ ਹੈ। ਦਿੱਲੀ ਤੋਂ ਜਾਂਦਾ ਹੋਇਆ ਪੰਜਾਬ ਵੱਲ ਹਰ ਨਿਵਾਸੀ ਜਿਹੜਾ ਵਾਸੀ ਭਾਵੇਂ ਹਿੰਦੂ ਹੋਵੇ, ਸਿੱਖ ਹੋਵੇ, ਪੰਜਾਬੀ ਹੋਵੇ, ਸੀਸ ਨਵਾ ਕੇ ਇਸ ਗੁਰੂ ਘਰ ਤੋਂ ਅੱਗੇ ਜਾਂਦਾ। ਮਹਾਨਤਾ ਇਸ ਗੁਰੂ ਧਰਤੀ ਦੀ ਇੰਨੀ ਵੱਡੀ ਹੈ, ਸ਼ਹੀਦੀ ਫੌਜਾਂ ਦੇ ਪਹਿਰੇ ਇਸ ਅਸਥਾਨ ਤੋਂ ਲੱਗਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਵਰ ਇਸ ਅਸਥਾਨ ਨੂੰ, ਬਾਬਾ ਜੀ ਦੀ ਕਮਾਈ ਅੱਗੋਂ ਦੀ ਸੰਭਾਲੀ ਹੋਈ ਹੈ ਬਾਬਾ ਹਰਪਾਲ ਸਿੰਘ ਜੀ ਨੇ, ਬਹੁਤ ਵੱਡਾ ਯੋਗਦਾਨ ਹੈ। ਔਰ ਇਸੀ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦੇ ਰਹਿਣ, ਇਸੀ ਤਰ੍ਹਾਂ ਹਰ ਸਾਲ ਉਹਨਾਂ ਦਾ ਸਥਾਪਨਾ ਦਿਵਸ, ਉਹਨਾਂ ਦਾ ਜਨਮ ਦਿਵਸ ਮਨਾਉਂਦੇ ਰਹਿਣ। ਸਿੱਖ ਕੌਮ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ, ਬਾਬਾ ਗੁਰਮੇਲ ਸਿੰਘ ਜੀ ਦਾ ਵਿਰਸਾ ਬਾਬਾ ਹਰਪਾਲ ਸਿੰਘ ਜੀ ਨੇ ਸੰਭਾਲ ਕੇ ਰੱਖਿਆ। ਅੱਜ ਅਸੀਂ ਸਾਰੀਆਂ ਸੰਗਤਾਂ ਮਿਲ ਕੇ ਸੰਤ ਬਾਬਾ ਗੁਰਮੇਲ ਸਿੰਘ ਜੀ, ਜਿਨ੍ਹਾਂ ਦਾ ਜਨਮ 3 ਅਗਸਤ 1940 ਨੂੰ ਮੀਰੀ ਪੀਰੀ ਪੰਜ ਪੀਰੀ ਲੋਪੋ ਪਿੰਡ ਵਿੱਚ ਹੋਇਆ ਸੀਗਾ, ਅਸੀਂ ਉਹਨਾਂ ਦਾ ਜਨਮ ਦਿਨ ਅੱਜ ਬੜੀ ਧੂਮਧਾਮ ਦੇ ਨਾਲ ਸਾਰੀਆਂ ਸੰਗਤਾਂ ਮਿਲ ਕੇ ਮਨਾ ਰਹੇ ਹਾਂ। ਅਤੇ ਆਪਣੇ ਪ੍ਰੋਗਰਾਮ ਲਾਈਵ ਚੱਲ ਰਿਹਾ, ਨਗਰ ਆਪਣੇ ਕੀਰਤਨ ਚੱਲ ਰਿਹਾ, ਆਪਣੇ ਲੰਗਰ ਪਾਣੀ ਚੱਲ ਰਿਹਾ, ਸੇਵਾ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ, ਮਿਲ ਜੁਲ ਕੇ ਸਾਰੇ ਸੇਵਾ ਕਰ ਰਹੇ ਨੇ। ਅਤੇ ਬਾਹਰ ਬੈਠੇ ਵੀ ਸਾਰੀਆਂ ਸੰਗਤਾਂ ਆਪਣੇ ਲਾਈਵ ਟੀ ਵੀ ਦੇ ਉੱਚੋਂ, ਲਾਈਵ ਵੈਬਕਾਸਟ ਦੇ ਉੱਚੋਂ ਸਾਰਾ ਪ੍ਰੋਗਰਾਮ ਦੇਖ ਰਹੇ ਨੇ। ਅਤੇ ਮੈਂ ਸਾਰੀਆਂ ਸੰਗਤਾਂ ਦਾ, ਜਿੰਨੇ ਵੀ ਇੱਥੇ ਵੀਰ ਆਏ ਨੇ, ਚਾਹੇ ਉਹ ਆਪਣੇ ਕਿਸੇ ਡਿਪਾਰਟਮੈਂਟ ਤੋਂ ਆਏ ਨੇ, ਚਾਹੇ ਉਹ ਕੋਈ ਮਿਨਿਸਟਰ ਸਾਹਿਬ ਨੇ, ਚਾਹੇ ਆਪਣੇ ਕੋਈ ਬਿਊਰੋਕਰੇਟ ਨੇ, ਜਾਂ ਸਾਡੇ ਸਾਰੇ ਮੀਡੀਆ ਵਾਲੇ ਆਪਣੇ ਸਾਡੇ ਭਰਾ ਆਏ ਹੋਏ ਨੇ, ਚੜ੍ਹਦੀ ਕਲਾ ਟਾਈਮ ਟੀ ਵੀ ਤੋਂ ਆਏ ਨੇ, ਬਾਕੀ ਲਾਈਵ ਪ੍ਰੋਗਰਾਮ ਦਿਖਾ ਰਹੇ ਨੇ, ਚਮਨਜੀਤ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਆਪਣੇ ਰਾਗੀ ਸਿੰਘ ਨੇ, ਕੀਰਤਨ ਕਰਦੇ ਨੇ, ਬੜੇ ਪਿਆਰ ਦੇ ਨਾਲ, ਬੜਾ ਰਸਮਈ ਕੀਰਤਨ ਕਰਦੇ ਨੇ, ਉਹ ਵੀ ਥੋੜ੍ਹੀ ਦੇਰ ਨੂੰ ਪਹੁੰਚਣ ਵਾਲੇ ਨੇ। ਆਪਣੇ ਇਕਬਾਲ ਸਿੰਘ ਲਾਲਪੁਰਾ ਜੀ, ਉਹ ਵੀ ਪਹੁੰਚਣ ਵਾਲੇ ਨੇ, ਜੋ ਸਾਡੇ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ। ਅਤੇ ਬਹੁਤ ਸਾਰੀਆਂ ਸੰਗਤਾਂ ਦਿੱਲੀ ਤੋਂ ਆਸੇ ਪਾਸੇ ਤੋਂ ਪਹੁੰਚ ਰਹੀਆਂ, ਈਵਨ ਬਾਘੇ ਪੁਰਾਣੇ ਤੋਂ ਅੱਜ 20 ਲੜੀਆਂ ਆਪਣੇ ਔਰਤਾਂ ਦਾ ਜੱਥਾ ਸਪੈਸ਼ਲੀ ਉਹ ਚੱਲ ਕੇ ਇੱਥੋਂ ਆਇਆ, ਜਿਹੜੀਆਂ ਕਿ ਉੱਥੇ ਗੁਰਦੁਆਰੇ ਵਿੱਚ, ਬਾਬਾ ਜੀ ਦੇ ਗੁਰਦੁਆਰੇ ਵਿੱਚ ਬੜਾ ਸੇਵਾ ਕਰਦੀਆਂ ਲੰਗਰ ਪਾਣੀ ਦੀ। ਅਸੀਂ ਸਾਰਿਆਂ ਨੂੰ ਜੀ ਐਂ ਕਹਿੰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਿੱਖ ਕੌਮ ਨੂੰ ਚੜ੍ਹਦੀ ਕਲਾ, 9 ਨੇ ਦਾ 12 ਸਿੱਧਾਂ ਆਪਣੇ ਚੜ੍ਹਦੀ ਕਲਾ ਬਖਸ਼ੇ। ਸਾਰਿਆਂ ਸੰਗਤਾਂ ਨੂੰ ਸੰਤ ਬਾਬਾ ਗੁਰਮੇਲ ਸਿੰਘ ਜੀ, ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਰਹੇ ਹਨ, ਅਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਇਹ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸਰ, ਬਾਬਾ ਬੁੱਢਾ ਜੀ ਜਿਨ੍ਹਾਂ ਦਾ ਚਰਨ ਸ਼ੋਭਿਤ ਅਸਥਾਨ ਹੈ, ਜਿਹਦੇ ਵਿੱਚ ਦੂਰੋਂ ਚੜ੍ਹ ਕੇ ਸੰਗਤਾਂ ਇਸ ਅਸਥਾਨਾਂ 'ਤੇ ਨਕਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਕੋਲੋਂ ਆਪਣੀਆਂ ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਗੀ ਸੋਗੀ ਦੇਵੇ, ਸਤਿਗੁਰੂ ਜੀ ਸਭਨਾਂ ਦੀ ਮੁਰਾਦਾਂ ਪੂਰੀ ਕਰਦੇ ਹਨ। ਔਰ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਗੁਰਮੇਲ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਅੱਜ ਗੁਰਮੇਲ ਸਿੰਘ ਜੀ ਜੋ 1944 ਮੈਂ ਪੈਦਾ ਹੋਏ ਥੇ, ਅੱਜ ਉਨਕੀ ਜਨਮ ਦਿਵਸ ਕੇ ਕਾਰਜਕ੍ਰਮ ਮੈਂ ਹਮਨੇ ਵੀ ਹਿੱਸਾ ਲਿਆ, ਬਹੁਤ ਅੱਛਾ ਲਗਾ, ਬਹੁਤ ਬੜੀਆ ਪ੍ਰੋਗਰਾਮ ਸਿੰਘ ਸਾਹਿਬ ਨੇ ਕੀਆ ਥਾ। ਔਰ ਮੇਰੀ ਬਹੁਤ ਬਹੁਤ ਸ਼ੁਭਕਾਮਨਾਏ ਔਰ ਸਭੀ ਕੋ ਹਾਰਦਿਕ ਧੰਨਵਾਦ ਕਿ ਆਪਨੇ ਮੁਝੇ ਯਹਾਂ ਬੁਲਾਇਆ ਔਰ ਮੁਝੇ ਇਤਨੀ ਇੱਜ਼ਤ ਦੀ। ਬਾਬਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ, ਦਿੱਲੀ ਦੀਆਂ ਸਾਰੀਆਂ ਸੰਗਤਾਂ ਨੂੰ ਬੜੀ ਧੂਮਧਾਮ ਦੇ ਨਾਲ ਇਹਨਾਂ ਨੇ ਬਾਬਾ ਜੀ ਦਾ ਜਨਮ ਦਿਨ ਮਨਾਇਆ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਇਹਨਾਂ ਨੇ ਸੰਗਤਾਂ ਨੂੰ ਬਾਘੇ ਪੁਰਾਣੇ ਤੋਂ ਬੁਲਾਇਆ ਹੈ, ਇਹਨਾਂ ਬਾਰੇ ਕੋਈ ਕੁਛ ਦੱਸ ਹੀ ਨਹੀਂ ਸਕਦੇ, ਇਹਨਾਂ ਦਾ ਇੰਨਾ ਸਤਿਕਾਰ ਹੈ, ਮਹਾਰਾਜ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਰੱਖੇ। ਚੀਫ ਖਾਲਸਾ ਦੀਵਾਨ ਵੱਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਰਤਨ ਦਰਬਾਰ ਦਾ ਆਯੋਜਨ ਪ੍ਰਧਾਨ ਡਾਕਟਰ ਇੰਦਰਵੀਰ ਸਿੰਘ ਨਿੱਜਰ ਦੀ ਅਗਵਾਈ ਵਿੱਚ ਕੀਤਾ ਗਿਆ।
ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਚੀਫ਼ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ, ਸੰਤੋਖ ਸਿੰਘ ਸੇਠੀ, ਕਾਰਜਕਾਰੀ ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਅਤੇ ਸਮੂਹ ਸਟਾਫ ਅਤੇ ਸਭਾ ਸੁਸਾਇਟੀਆਂ ਦੇ ਪ੍ਰਮੁੱਖ ਸ਼ਾਮਲ ਹੋਏ। ਹਰ ਸਾਲ ਵਾਂਗੂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ 'ਤੇ, ਜੋ ਕਿ 29 ਜੁਲਾਈ ਨੂੰ ਸੀਗਾ, ਸੋ ਅਸੀਂ ਜਦੋਂ ਸਾਡਾ ਅਗਲਾ ਐਤਵਾਰ ਆਉਂਦਾ ਹੈ, ਜੋ ਕਿ ਅੱਜ ਤਰੀਕ ਹੈ 4 ਅਗਸਤ ਨੂੰ ਉਹ ਐਤਵਾਰ ਆਇਆ, ਤਾਂ ਅਸੀਂ ਉਹ ਮਨਾ ਰਹੇ ਹਾਂ। ਕੀਰਤਨ ਦਰਬਾਰ ਜਿਹੜਾ ਹਰ ਸਾਲ ਕਰਵਾਇਆ ਜਾਂਦਾ, ਇਸ ਸਾਲ ਅਸੀਂ ਇੱਕ ਅਲੱਗ ਕੰਮ ਕੀਤਾ ਕਿ ਜਿਹੜੇ ਸਕੂਲਾਂ ਦੇ ਬੱਚੇ ਨੇ, ਅਸੀਂ ਪਹਿਲੇ 2 ਘੰਟੇ ਉਹਨਾਂ ਨੂੰ ਦਿੱਤੇ ਨੇ, ਔਰ 6 ਸਕੂਲਾਂ ਦੇ ਬੱਚੇ ਵੱਡੇ ਵੱਡੇ ਜੱਥਿਆਂ ਦੇ ਵਿੱਚ ਕੀਰਤਨ ਕਰ ਰਹੇ ਨੇ। ਉਹਦੇ ਵਿੱਚ 20-20 ਮਿੰਟ ਦਾਂਗੇ ਸਭ ਨੂੰ, ਤਾਂ ਕਿ ਸਭ ਨੂੰ ਆਪਣਾ ਜਿਹੜਾ ਉਹਨਾਂ ਦੇ ਦਿਲ 'ਚ ਪਿਆਰ ਹੈ ਪਰਮਾਤਮਾ ਵਾਸਤੇ, ਗੁਰੂ ਜੀ ਵਾਸਤੇ, ਉਹ ਪ੍ਰਗਟ ਕਰ ਸਕਣ। ਤਾਂ ਤੁਸੀਂ ਬਾਹਰ ਦੇਖਿਆ ਕੀਰਤਨ ਚੱਲ ਰਿਹਾ, ਔਰ ਬਹੁਤ ਹੀ ਆਨੰਦਮਈ ਕੀਰਤਨ ਹੋ ਰਿਹਾ। ਲੋਕ ਸਾਰੇ ਟੀਚਰ, ਸਟੂਡੈਂਟ, ਬੱਚਿਆਂ ਦੇ ਮਦਰ ਫਾਦਰ ਅਤੇ ਸਾਰੇ ਆਏ ਹੋਏ ਨੇ, ਸੰਗਤ ਵੀ ਆਈ ਹੈ, ਔਰ ਜਿਸ ਤਰ੍ਹਾਂ ਦਿਨ ਗਾਂ ਸ਼ਾਮ ਵਧੇਗੀ ਅਤੇ ਸੰਗਤ ਹੋਰ ਵਧੇਗੀ। ਔਰ ਪਰਮਾਤਮਾ ਨੇ ਬਹੁਤ ਮਿਹਰਬਾਨ ਰਹਿੰਦੇ, ਇਸ ਸਾਲ ਕਿ ਬਾਰਿਸ਼ ਨਹੀਂ ਹੋਈ ਹੈ, ਪਰ ਅਸੀਂ ਇੱਕ ਅੱਛਾ ਅਰੇਂਜਮੈਂਟ ਕਰ ਲਿਆ ਸੀ, ਅਸੀਂ ਵਾਟਰ ਪਰੂਫਿੰਗ ਸਾਰੀ ਕਰਾ ਲਈ, ਲੰਗਰ ਦੀ ਵੀ ਕਰਾ ਲਈ ਸੀਗੀ, ਔਰ ਆਪਣੇ ਜਿਹੜਾ ਪੰਡਾਲ ਹੈ ਮੇਨ, ਉਹਦੀ ਵੀ ਵਾਟਰ ਪਰੂਫਿੰਗ ਕਰਾ ਲਈ ਸੀਗੀ। ਪਰਮਾਤਮਾ ਦੀ ਮਿਹਰ ਰਹੀ ਹੈ, ਮੈਂ ਇਸ ਤਰ੍ਹਾਂ ਹੀ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਸਾਡੇ 'ਤੇ ਇਸ ਤਰ੍ਹਾਂ ਮਿਹਰ ਭਰਿਆ ਹੱਥ ਰੱਖੇ, ਔਰ ਅਸੀਂ ਹਰ ਸਾਲ ਜਿਹੜਾ ਸਮਾਗਮ ਹੈ ਕਰਾ ਸਕੀਏ, ਔਰ ਚੀਫ ਪਾਤਸ਼ਾਹ ਦੁਆਰਾ ਚੜ੍ਹਦੀ ਕਰਾ ਜਾ। ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਭ ਦੁੱਖ ਜਾਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ, ਜੋ ਚੀਫ ਖਾਲਸਾ ਦੀਵਾਨ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ। ਉਸੇ ਸੰਬੰਧ ਦੇ ਵਿੱਚ ਅੱਜ ਵੀ ਇੱਕ ਮਹਾਨ ਕੀਰਤਨ ਦਰਬਾਰ ਮੇਨ ਬ੍ਰਾਂਚ ਜੀ ਗੁਰੂ ਸਕੂਲ ਵਿਖੇ ਕਰਾਇਆ ਜਾ ਰਿਹਾ, ਇਸ ਵਿੱਚ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਬਰਸਾਤ ਦੇ ਮੌਸਮ ਨੂੰ ਦੇਖਦੇ ਹੋਇਆ ਵਾਟਰਪਰੂਫ ਪੰਡਾਲ ਲਗਾਇਆ ਗਿਆ, ਔਰ ਬਹੁਤ ਹੀ ਮਹਾਨ ਸ਼ਖਸੀਅਤਾਂ, ਸਿੰਘ ਸਾਹਿਬ ਗਿਆਨੀ ਜਗਵੀਰ ਸਿੰਘ ਜੀ ਜਹਿਦਾ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਹਿਦਾ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ, ਜਹਿਦਾਰ ਗਿਆਨੀ ਸੁਲਤਾਨ ਸਿੰਘ ਜੀ ਜਹਿਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਅਤੇ ਸੰਤ ਬਾਬਾ ਸੇਵਾ ਸਿੰਘ ਜੀ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਹਰਨਾਮ ਸਿੰਘ ਜੀ ਸੰਤ ਸਮਾਜ ਦਮਦਮੀ ਟਕਸਾਲ, ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਹੋਰ ਵੀ ਬਹੁਤ ਮਹਾਨ ਸ਼ਖਸੀਅਤਾਂ ਅੱਜ ਇੱਥੇ ਪਹੁੰਚ ਰਹੀਆਂ ਨੇ। ਜਿਹੜੇ ਰਾਗੀ ਜਥੇ ਨੇ, ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ, ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ, ਸਾਰੇ ਜੋ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਚੀਫ ਖਾਲਸਾ ਦੀਵਾਨ ਹਮੇਸ਼ਾ ਸਿੱਖੀ ਅਤੇ ਸਿੱਖਿਆ ਦਾ ਨਾਲ ਬੱਚਿਆਂ ਨੂੰ ਜੋੜਦਾ ਰਿਹਾ, ਅਤੇ ਅੱਗੇ ਤੋਂ ਵੀ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਹਰ ਸਾਲ ਇਸੇ ਤਰ੍ਹਾਂ ਚੀਫ ਖਾਲਸਾ ਦੀਵਾਨ ਜਿਹੜਾ ਹੈ ਗੁਰਪੁਰਬ ਮਨਾਉਂਦਾ ਰਹੇ। ਆਪ ਸਭ ਦੇ ਮੀਡੀਆ ਦਾ, ਸਭ ਦਾ ਸਹਿਯੋਗ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਜਿਹੜਾ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ ਸਾਡੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ, ਉਹਦੇ ਸੰਬੰਧ 'ਚ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ। ਅਤੇ ਅੱਜ ਬਹੁਤ ਹੀ ਵਧੀਆ ਉਸ 'ਤੇ ਵੱਡਾ ਦਿਨ ਮਨਾ ਰਹੇ ਹਾਂ ਅਸੀਂ ਬੱਚਿਆਂ ਦੇ ਸਹਿਯੋਗ ਨਾਲ। ਸਾਡੇ ਬੱਚਿਆਂ ਨੇ ਬੜੀ ਤਿਆਰੀ ਕੀਤੀ ਹੈ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ, ਸ਼ਹਿਰ ਵਾਸੀ ਕਾਫੀ ਹੁੰਮ ਆ ਗਏ ਪੁੱਜ ਰਹੇ ਹਨ, ਅਤੇ ਸੰਗਤਾਂ 'ਚ ਕਾਫੀ ਉਤਸ਼ਾਹ ਦਿਖ ਰਿਹਾ। ਅਸੀਂ ਅੱਜ ਸਨਮਾਨਯੋਗ ਸੁਖਜੀਤ ਸਿੰਘ ਸਾਹਿਬ, ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਲਵੰਡੀ ਸਾਹਿਬ, ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਤੋਂ ਪਹੁੰਚ ਗਏ ਹਨ। ਅਸੀਂ ਬਹੁਤ ਹੀ ਧੰਨਵਾਦੀ ਹਾਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ,
ਬਾਬਾ ਕਸ਼ਮੀਰ ਸਿੰਘ ਜੀ ਭੁਰੀ ਆ, ਜਿਨ੍ਹਾਂ ਨੇ ਸਾਰਾ ਲੰਗਰ ਦੀ ਸੇਵਾ ਸਾਡੇ ਨਾਲ ਸਾਰਾ ਯੋਗਦਾਨ ਉਹ ਪਾ ਰਹੇ ਹਾਂ ਅਤੇ ਸਾਰੀਆਂ ਸੰਗਤਾਂ ਨੂੰ ਗਿਆ। ਬਠਿੰਡਾ ਵਿੱਚ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਪੈਂਦੇ ਕਸਬਾ ਰਾਮਪੁਰਾ ਫੂਲ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਪਿਓ ਪੁੱਤ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਰਾਮਪੁਰਾ ਫੂਲ ਓਵਰਬ੍ਰਿਜ ਨੇੜੇ ਇੱਕ ਕਾਰ ਸੜਕ ਉੱਤੇ ਖੜ੍ਹੇ ਟਿੱਪਰ ਦੇ ਪਿੱਛੇ ਜਾ ਟਕਰਾਈ। ਜਾਣਕਾਰੀ ਮੁਤਾਬਕ ਇੱਕ ਚਿੱਟੇ ਰੰਗ ਦੀ I-20 ਕਾਰ ਬਰਨਾਲਾ ਤੋਂ ਬਠਿੰਡਾ ਵੱਲ ਜਾ ਰਹੀ ਸੀ। ਜਿਵੇਂ ਹੀ ਉਹ ਰਾਮਪੁਰਾ ਫੂਲ ਦੇ ਓਵਰਬ੍ਰਿਜ ਤੋਂ ਪਾਰ ਹੋਈ ਤਾਂ ਅਚਾਨਕ ਸੜਕ ਉੱਤੇ ਖੜ੍ਹੇ ਟਿੱਪਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦੇ ਡਰਾਈਵਰ ਅਤੇ ਕੰਡਕਟਰ ਸੀਟ 'ਤੇ ਬੈਠੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਪੁਰਾ ਲਈ ਰਵਾਨਾ ਕੀਤਾ ਗਿਆ। ਉਸਦੀ ਵੀ ਰਸਤੇ ਵਿੱਚ ਹੀ ਮੌਤ ਹੋ ਗਈ। ਹਾਦਸੇ ਵਿੱਚ ਕਾਰ ਟਿੱਪਰ ਵਿੱਚ ਫਸ ਗਈ, ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਤ ਨਾਲ ਬਾਹਰ ਕੱਢਿਆ ਅਤੇ ਕਰੀਬ 1 ਘੰਟੇ ਦੀ ਮੁਸ਼ਕਤ ਤੋਂ ਬਾਅਦ ਲਾਸ਼ਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਜਾ ਸਕਿਆ। ਮ੍ਰਿਤਕਾਂ ਦੀ ਪਹਿਚਾਣ ਹਿਮਾਂਸ਼ੂ ਉਸਦੇ ਪਿਤਾ ਸਤੀਸ਼ ਕੁਮਾਰ ਵਾਸੀ ਨਵੀਂ ਬਸਤੀ ਬਠਿੰਡਾ ਅਤੇ ਦੋਸਤ ਵਿਕਰਮ ਵਾਸੀ ਮਸਜਿਦ ਵਾਲੀ ਗਲੀ ਬਠਿੰਡਾ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਾਂਗਲਾ ਦੇ ਨੌਜਵਾਨ ਦੀ ਭੇਤ ਭਰੇ ਹਾਲਤ ਵਿੱਚ ਲਾਹੌਰ ਬ੍ਰਾਂਚ ਨਹਿਰ ਵਿੱਚੋਂ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪ੍ਰਭਦੀਪ ਸਿੰਘ ਵਾਸੀ ਜਾਂਗਲਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ 31 ਜੁਲਾਈ ਨੂੰ ਘਰੋਂ ਕਿਸੇ ਵਿਅਕਤੀ ਦੇ ਨਾਲ ਗਿਆ ਸੀ ਅਤੇ ਐਤਵਾਰ ਨੂੰ ਨੌਜਵਾਨ ਦੀ ਲਾਸ਼ ਪਿੰਡ ਜਗਦੇਵ ਕਲਾਂ ਨਜ਼ਦੀਕ ਲੰਘਦੀ ਨਹਿਰ ਵਿੱਚੋਂ ਮਿਲੀ। ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਭੈਣ ਨੇ ਪਿੰਡ ਭਾਰਤਵਾਲ ਦੇ ਵਿਅਕਤੀ ਉੱਤੇ ਕਤਲ ਦੇ ਇਲਜ਼ਾਮ ਲਗਾਏ ਨੇ। ਉੱਧਰ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ। ਇੱਕ ਦਰਖਾਸਤ ਆਈ ਸੀ ਆਪਣੇ ਕੋਲ 2 ਤਰੀਕ ਨੂੰ ਰਾਤ ਕੋਈ 7:30 ਨਾਲ, ਪਲਵਿੰਦਰ ਕੌਰ ਵਾਈਫ ਆ ਲਖਵਿੰਦਰ ਸਿੰਘ ਅਤੇ ਉਹਦਾ ਜਿਹੜਾ ਬੇਟਾ ਵਾ ਉਹ 31/7 ਦਾ ਰਾਤ ਕੋਈ 8 ਦਾ ਕੋਈ ਲਾਪਤਾ ਹੋਇਆ ਅਤੇ ਉਹਨੂੰ ਸ਼ੱਕ ਸੁਭਾਅ ਨੇ ਜ਼ਾਹਿਰ ਕੀਤਾ ਸੀ ਕਿਤੇ ਵਾਸੂ ਨਾਂ ਦੇ ਵਿਅਕਤੀ 'ਤੇ ਅਤੇ ਨਾਲ ਉਹਦੀ ਤਫਤੀਸ਼ ਜਾਰੀ ਆ ਅਤੇ ਉਹਦੀ ਅੱਜ ਪਤਾ ਲੱਗਾ ਕਿ ਉਹਦੀ ਡੈੱਡ ਬੋਡੀ ਜਿਹੜੀ ਆ ਨਾ ਉਹ ਚੰਡੇੜ ਥਾਣੇ ਜਿਹੜੀ ਆ ਉਹ ਉੱਥੇ ਮਿਲ ਗਈ ਆ ਅਤੇ ਬਾਕੀ ਜਿਹੜੀ ਆ ਉਹ ਕਾਰਵਾਈ ਆਪਾਂ ਤਫਤੀਸ਼ ਕਰਨ ਡੇ ਬਾਕੀ ਜਿਹੜੀ ਕਾਰਵਾਈ ਚੰਡੇੜ ਥਾਣੇ ਵਾਲਿਆਂ ਨੇ ਕਰਨੀ ਆ ਬਾਕੀ ਕਿਹੜੇ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਉਹਨੂੰ ਆਪਾਂ ਛੱਡਣਾ ਨੀਗਾ। ਲੌਂਗੋਵਾਲ ਬਾਜ਼ਾਰ ਵਿੱਚ ਚੋਰਾਂ ਵੱਲੋਂ 6 ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਹੋਰ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿਰੋਧ ਵਿੱਚ ਦੁਕਾਨਦਾਰਾਂ ਵੱਲੋਂ ਬੱਸ ਸਟੈਂਡ ਲੌਂਗੋਵਾਲ ਮੂਹਰੇ ਧਰਨਾ ਲਗਾ ਕੇ ਟ੍ਰੈਫਿਕ ਜਾਮ ਕੀਤੀ ਗਈ ਅਤੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਚੌਕਸੀ ਨਾ ਵਧਾਈ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ। ਉੱਧਰ DSP ਸੁਨਾਮ ਵੱਲੋਂ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਆਪਣਾ ਧਰਨਾ ਚੁੱਕਿਆ। ਅੰਮ੍ਰਿਤਸਰ ਦਿਹਾਤੀ ਦੇ ਨਵਨਿਯੁਕਤ SSP ਚਰਨਜੀਤ ਸਿੰਘ ਭਗਵਾਨ ਵਾਲਮੀਕਿ ਅਸਥਾਨ ਸ੍ਰੀ ਰਾਮ ਤੀਰਥ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੂੰ ਗੱਦੀ ਨਿਸ਼ੀਨ ਮਹੰਤ ਮਨਜੀਤ ਗਿਰੀ ਨੇ ਸਨਮਾਨਿਤ ਕੀਤਾ। ਇਸ ਮੌਕੇ ਥਾਣਾ ਲੋਪੋਕੇ ਦੇ SHO ਪ੍ਰਭਜੀਤ ਸਿੰਘ, ਰਾਮ ਤੀਰਥ ਚੌਂਕੀ ਦੇ ਇੰਚਾਰਜ ਸੁਭਾਸ਼ ਅਤੇ ਹੋਰ ਪੁਲਿਸ ਮੁਲਾਜ਼ਮ ਮੌਜੂਦ ਸਨ। ਪਤੰਜਲੀ ਯੋਗ ਪੀਠ ਦੇ ਜਨਰਲ ਸਕੱਤਰ ਆਚਾਰਿਆ ਬਾਲਕ੍ਰਿਸ਼ਨ ਜੀ ਦਾ ਜਨਮਦਿਨ ਪਤੰਜਲੀ ਯੋਗ ਪੀਠ ਦੇ ਯੋਗ ਭਾਵਨ ਆਡੀਟੋਰੀਅਮ ਵਿੱਚ ਜੜੀ ਬੂਟੀ ਦਿਵਸ ਵਜੋਂ ਮਨਾਇਆ ਗਿਆ। ਜੜੀ ਬੂਟੀ ਦਿਵਸ ਦੇ ਮੌਕੇ 'ਤੇ ਸਵਾਮੀ ਰਾਮਦੇਵ ਜੀ ਆਚਾਰਿਆ ਬਾਲਕ੍ਰਿਸ਼ਨ ਜੀ ਨੇ ਮੌਜੂਦ ਇਕੱਠ ਨੂੰ ਇੱਕ ਸਿਹਤਮੰਦ ਵਿਅਕਤੀ, ਸਿਹਤਮੰਦ ਪਰਿਵਾਰ, ਸਿਹਤਮੰਦ ਸਮਾਜ, ਸਿਹਤਮੰਦ ਰਾਸ਼ਟਰ ਅਤੇ ਇੱਕ ਸਿਹਤਮੰਦ ਸੰਸਾਰ ਲਈ ਰੁੱਖ ਲਗਾਉਣ ਦਾ ਸੰਕਲਪ ਦਿਵਾਇਆ। ਸਵਾਮੀ ਜੀ ਅਤੇ ਆਚਾਰਿਆ ਜੀ ਨੇ ਆਮ ਲੋਕਾਂ ਨੂੰ ਰੁੱਖ ਲਗਾਉਣ ਅਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਚਾਰਿਆ ਨੇ ਖੁਦ ਖੂਨਦਾਨ ਕੀਤਾ। ਖੂਨਦਾਨ ਕੈਂਪ ਵਿੱਚ ਆਚਾਰਿਆ ਬਾਲਕ੍ਰਿਸ਼ਨ ਦੇ ਨਾਲ 887 ਲੋਕਾਂ ਨੇ ਖੂਨਦਾਨ ਕੀਤਾ। ਪ੍ਰੋਗਰਾਮ ਵਿੱਚ ਸਵਾਮੀ ਜੀ ਅਤੇ ਆਚਾਰਿਆ ਜੀ ਨੇ ਵਿਸ਼ਵ ਹਰਬਲ ਵਿਸ਼ਵਕੋਸ਼ ਦਾ ਪੋਰਟਲ ਵੀ ਲਾਂਚ ਕੀਤਾ। ਆਚਾਰਿਆ ਜੀ ਨੇ ਦੱਸਿਆ ਕਿ ਇਸ ਪੋਰਟਲ ਵਿੱਚ ਲਗਭਗ
7500 ਪੌਦਿਆਂ ਦੀਆਂ ਨਸਲਾਂ 50,000 ਤੋਂ ਵੱਧ ਪੌਦਿਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਵੱਖ ਵੱਖ ਭਾਸ਼ਾਵਾਂ ਵਿੱਚ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ 412 ਲੋਕਾਂ ਦੇ ਦੰਦਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਦੰਦਾਂ ਦੀ ਕਿੱਟ ਮੁਫ਼ਤ ਵੰਡੀ ਗਈ। ਵਾਤਾਵਰਣ ਦੀ ਸੰਭਾਲ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ। ਜਲੰਧਰ ਜ਼ਿਲ੍ਹੇ ਦੇ ਬਲਾਕ ਲੂਹੀਆਂ ਖਾਸ ਦੇ ਪਿੰਡ ਗੇਦੜ ਪਿੰਡੀ ਦੇ ਇੱਕ ਪਰਿਵਾਰ ਨੇ ਆਪਣੀ 3 ਕਨਾਲਾਂ ਜ਼ਮੀਨ ਵਿੱਚ ਜੰਗਲ ਲਗਵਾਇਆ। ਇਹ ਜੰਗਲ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਅਤੇ ਵਾਤਾਵਰਣ ਮਿੱਤਰਤਾ ਸੁਸਾਇਟੀ ਲੂਹੀਆਂ ਖਾਸ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਜੰਗਲ ਵਿੱਚ 60 ਕਿਸਮ ਦੇ ਪੰਜਾਬ ਦੇ ਰਵਾਇਤੀ 600 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਗੱਲਬਾਤ ਦੌਰਾਨ ਵਾਤਾਵਰਣ ਮਿੱਤਰਤਾ ਸੁਸਾਇਟੀ ਦੇ ਸੀਨੀਅਰ ਮੈਂਬਰ ਨੇ ਦੱਸਿਆ ਕਿ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦਾ ਇਹ 316 ਜੰਗਲ ਹੈ ਅਤੇ ਵਾਤਾਵਰਣ ਮਿੱਤਰਤਾ ਸੁਸਾਇਟੀ ਦਾ ਇਹ 7ਵਾਂ ਜੰਗਲ ਹੈ। ਉਹਨੇ ਕਿਹਾ ਕਿ ਇਹ ਸੇਵਾ ਨਿਰਵਿਘਨ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਸੈਲਰ ਐਸੋਸੀਏਸ਼ਨ ਸਰਦੂਲਗੜ੍ਹ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਗਰਗ ਦੀ ਪ੍ਰਧਾਨਗੀ ਵਿੱਚ ਮੀਡੀਆ ਕਲੱਬ ਸਰਦੂਲਗੜ੍ਹ ਵਿਖੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਸਰਕਾਰ ਪ੍ਰਤੀ ਆਪਣੀਆਂ ਮੰਗਾਂ ਰੱਖੀਆਂ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਚਾਵਲ ਦੀ ਯੀਲਡ ਕਸ 67% ਤੋਂ ਘਟਾ ਕੇ 62% ਕੀਤੀ ਜਾਵੇ ਅਤੇ ਨਵੀਂ 2% ਕੀਤੀ ਜਾਵੇ। ਮੀਟਿੰਗ ਚਾਰਜਸ 10 ਰੁਪਏ ਤੋਂ ਵਧਾਏ ਜਾਣ। ਬਾਰਦਾਨਾ ਯੂਜ਼ਰ ਚਾਰਜਰ 10 ਤੋਂ 12 ਰੁਪਏ ਪ੍ਰਤੀ ਬੈਗ ਕੀਤਾ ਜਾਵੇ। ਇਸ ਮੌਕੇ ਉਹਨਾਂ ਕਈ ਹੋਰ ਮੰਗਾਂ ਵੀ ਰੱਖੀਆਂ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਤੇ। ਤੁਸੀਂ ਬਣੇ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।